ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ ਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ YouTube ਚੈਨਲ। ਆਪਣੇ ਵੀਰਾਂ ਭਰਾਵਾਂ ਦੋਸਤਾਂ ਦੀ ਮਿਹਨਤਾਂ ਕਾਫੀਆਂ ਕਰਕੇ ਖੂਬਸੂਰਤ ਔਰ ਲਾਜਵਾਬ ਨਾਜ਼ਰੀਨ ਬਿਹਤਰੀਨ ਵੀਡੀਓ ਲੈ ਕੇ ਹਾਜ਼ਰ ਹੁੰਦੇ ਆ। ਜਿਹੜੀ ਅੱਜ ਦੀ ਵੀਡੀਓ ਆਪਣੇ ਵੀਰਾਂ ਭਰਾਵਾਂ ਦੋਸਤਾਂ ਨੂੰ ਦਿਖਾਉਣ ਲੱਗਿਆ, ਬੜਿਆ ਮੇਰਿਆਂ ਭਰਾਵਾਂ ਨੇ ਕਿਹਾ ਸੀ ਕਿ ਜਵੇਦ ਬਾਈ ਕਰਾਸ ਗਾਂ ਸਾਫ ਸੁਥਰੀ ਔਰ ਜਨਾਬੇ ਲਈ ਖੂਬਸੂਰਤ ਹੋਵੇ ਔਰ ਥਣ ਚੰਗਾ ਚੁਆ ਚੰਗਾ ਔਰ ਜਨਾਬੇ ਲਈ ਦੁੱਧ ਪੁੱਤਰ ਵਾਲਾ ਜਾਨਵਰ ਹੋਵੇ। ਅੱਜ ਵਾਲੀ ਵਿਆਹ ਖੂਨ ਚੰਗਾ ਗਿਰ ਚੋਲਸਤਾਨੀ ਕਰਾਸ ਗਾਂ ਔਰ ਗਿਰ ਚੋਲਸਤਾਨੀ ਕਰਾਸ ਹੈ। ਗਰਮੀ ਸਰਦੀ ਦੀ ਦੋਸਤੋ ਸ਼ਹਿਜ਼ਾਦੀ ਹੈ, ਥਣ ਮਾਸ਼ਾਅੱਲਾ ਮੁੱਠ ਮੁੱਠ ਦਾ ਅਤੇ ਰੁਗ ਰੁਗਦਾ ਔਰ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਤਾਲਾ ਇਹ ਗਿਰ ਗਾਂ ਦੇ ਵਿੱਚ ਮੇਰੇ ਵੀਰਾਂ ਭਰਾਵਾਂ ਦੋਸਤਾਂ ਨੂੰ ਪਤਾ ਜਿਹੜਾ ਚੋਲਸਤਾਨੀ ਦਾ ਕਰਾਸ ਹੈ ਇਹ ਦੁੱਧ ਨੂੰ ਵੀ ਚੰਗੀ ਹੈ, ਨਸਲੋ ਜ਼ਾਤ ਵੀ ਚੰਗੀ ਹੈ। ਪ੍ਰਿੰਟ ਜਨਾਬੇ ਲਈ ਗਿਰ ਗਾਂ ਵਾਲਾ ਔਰ ਜਨਾਬੇ ਲਈ ਚੋਲਸਤਾਨੀ ਵਾਲਾ ਦੋਵੇਂ ਜਨਾਬ ਪ੍ਰਿੰਟ ਸੇਮ ਮੇਰੇ ਵੀਰਾਂ ਦੋਸਤਾਂ ਨਜ਼ਰ ਆ ਰਹੇ ਨੇ ਔਰ ਜਨਾਬੇ ਲਈ ਗਿਰ ਗਾਂ ਦਾ ਇਹ ਤਸੱਲੀਆਂ ਕਰਾ ਰਿਹਾ ਮੇਰੇ ਕੈਮਰਾਮੈਨ ਸਾਹਿਬ। ਨਿੱਕਾ ਨਿੱਕਾ ਪੋਡਾ ਪੋਡਾ ਸਿੰਘ ਔਰ ਕੰਨ ਦੇਖ ਲੈਣ, ਗਿਰ ਗਾਂ ਤਾਂ ਬਿਲਕੁਲ ਥੱਲੇ ਸੱਟ ਕੇ ਖੜੀ ਹੋਈ ਹੈ ਔਰ ਜਨਾਬੇ ਚੋਲਸਤਾਨੀ ਅਤੇ ਗਿਰ ਦਾ ਕਰਾਸ ਹੈ, ਪਿਓਰ ਗਿਰ ਗਾਂ ਨਹੀਂ ਹੈ ਜਨਾਬ। ਔਰ ਪੂਰੀਆਂ ਤਸੱਲੀਆਂ ਕਰਾ ਦੇ ਕੈਮਰਾਮੈਨ ਸਾਹਿਬ, ਮੁੱਠ ਮੁੱਠ ਦਾ ਅਤੇ ਰੁਗ ਰੁਗ ਦਾ ਥਣ ਲੱਗਿਆ, ਸਾਫ ਸੁਥਰੀ ਬੈਡ ਹੈ ਔਰ ਮਾਸ਼ਾਅੱਲਾ ਮਾਸ਼ਾਅੱਲਾ। ਚੁਆਈ ਤੋਂ ਪਹਿਲੇ ਆਪਣੇ ਵੀਰਾਂ ਦੋਸਤਾਂ ਨੂੰ ਦੱਸਦਾ ਜਾਵਾਂ ਕਿ ਦੁੱਧ ਦਾ ਹਿੱਸਾ ਬੰਦ ਨੇ ਗਾਂ ਕੋਲ ਜਨਾਬ ਪੱਕਾ 16 ਲੀਟਰ ਆਈ ਹੈ ਕਿ ਜਿਹੜਾ ਵੀਰ ਭਰਾ ਦੋਸਤ ਭਾਵੇਂ 4 ਟਾਈਮ ਚੌਂਦਰਾ ਵੇਵੇਂ ਆਈ ਸਾਹਿਬ ਗਾ ਚੱਗ ਸਣੇ ਆਈ ਸਾਹਿਬ ਆਉਂਦੇ ਨੇ 18 ਸੇਰ 16 ਸੇਰ ਦੀ ਆਉਂਦੇ ਨੇ ਠੰਡੇ ਠਾਰ ਦੀ। ਆਪਣੀ ਗਰੰਟੀ ਪਹਿਲੇ ਦੇ ਭਰਾਵਾਂ ਨੂੰ ਜੇ ਗਰਮ ਦੁੱਧ ਮਿਲਣਾ ਚਾਹੁਣ ਤਾਂ 18 ਉੱਤੇ ਹੋਵੇਗਾ, ਯਾਨੀ ਕਿ ਗਰਮ ਦੁੱਧ ਨਹੀਂ ਗਿਣਨਾ, ਅਸੀਂ ਉਹ ਦੁੱਧ ਗਿਣਨਾ ਕਿ ਜਿਹੜਾ ਠੰਡਾ ਠਾਰ ਕੇ ਤੱਕੜੀ ਤੋਲਵਾ ਦੁੱਧ ਹੋਇਆ ਔਰ ਗੜਵੀ ਮਾਰਵਾਂ ਆਇਆ। ਜਨਾਬ ਹਰ ਚੀਜ਼ ਮੇਰੇ ਵੀਰਾਂ ਸਾਹਮਣੇ ਔਰ ਜਾਨਵਰ ਟੁਰਨ ਫਿਰਨ ਵੱਲੋਂ ਵੀ ਮਾਸ਼ਾਅੱਲਾ 16 ਨੇ ਲਾਜਵਾਬ ਹੈ। ਗਾਂ ਦਾ ਪ੍ਰਿੰਟ ਵੀ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ ਸਾਫ ਸੁਥਰਾ ਔਰ ਗਾਂ ਪੂਰੀ ਨਸਲੋ ਜ਼ਾਤ ਤੋਂ ਚੰਗੀ ਹੈ, ਜਾਨ ਵੱਟ ਵੀ ਗਾਂ ਕੋਲ ਚੰਗਾ, ਕੱਦ ਵੀ ਚੰਗਾ, ਨਸਲੋ ਜ਼ਾਤ ਵੀ ਸਾਫ਼ ਹੈ ਔਰ ਭਾਈਜਾਨ ਟੋਰ ਫਿਰ ਕੇ ਦਿਖਾ ਦਿੱਤੀ, ਤਸੱਲੀ ਕਰਾ ਦਿੱਤੀ ਹੈ। ਲੈਣੇ ਦੇ ਨੇ ਮੁਕੱਦਰ ਨੇ ਸੌਦੇ ਦੋਸਤੋ ਨਸੀਬਾਂ ਦੇ ਨੇ ਬੈਠ ਦੀਆਂ ਪੂਰੀਆਂ ਤਸੱਲੀਆਂ ਕਰ ਰਹੀਆਂ ਨੇ। ਆਇਸਾ ਬੰਦ ਨੇ ਕੱਦ ਬਹੁਤ ਪਰ ਦੱਸਦੇ ਵੀਰਾਂ ਦੱਸਦੇ ਹਾਂ ਪੂਰੀ ਮਾਸ਼ਾਅੱਲਾ ਬਣੀ ਬਣਾਈ ਦੋਸਤੋ ਮਾਝੇ ਵੈਣ ਜਿਹਨੂੰ ਲੋਕ ਮਾਝ ਕਹਿੰਦੇ ਨੇ ਅੱਲਾ ਦੇ ਕਮਨਾ ਹੋਏ। ਗਰਮੀ ਸਰਦੀ ਦੀ ਸ਼ਹਿਜ਼ਾਦੀ, ਨਾ ਇਸ ਗਾਂ ਨੂੰ ਗਰਮੀ ਦੀ ਪਰਵਾਹ ਹੈ ਨਾ ਇਹਨੂੰ ਸਰਦੀ ਦੀ ਪਰਵਾਹ ਹੈ, ਟੋਟਲ ਮੇਰੇ ਵੀਰਾਂ ਦੇ ਸਾਹਮਣੇ ਵੈਣ। ਚਲੋ ਬੱਚਾ ਲਾਓ ਭਾਈ ਜਾਨ, ਮਾਸ਼ਾਅੱਲਾ ਜੀ ਮਾਸ਼ਾਅੱਲਾ। ਇਹ ਜਨਾਬ ਮਗਰੇ ਦੇ ਬੱਚੇ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੀ ਨਜ਼ਰ ਦੇ ਸਾਹਮਣੇ ਸਾਰੇ ਬੰਗਾ ਪਾਓ ਭਾਵੇਂ ਨਾ ਪਾਓ ਆਦਿ ਮਰਜ਼ੀ ਤਹਿਸੀਲ ਸਾਹਿਬ ਵਾਲੀ ਮਾਸ਼ਾਅੱਲਾ ਜੀ ਬੜੀ ਨਸਲ ਵਾਲੀ ਦੋਸਤੋ ਗਾਂ ਹੈ, ਮਗਰ ਬੱਚਾ ਗਿਰ ਚੋਲਸਤਾਨੀ ਕਰਾਸ ਹੈ, ਮਗਰ ਜਨਾਬੇ ਲਈ ਸਾਹੀਵਾਲ ਚੋਲਸਤਾਨੀ ਕਰਾਸ ਬੱਚਾ ਹੈ ਜਨਾਬ। ਮੇਰੇ ਬੜਿਆਂ ਭਰਾਵਾਂ ਨੇ ਕਿਹਾ ਸੀ ਕਿ ਯਾਰ ਗਿਰ ਗਾਂ ਕੋਈ ਲੱਭੇ ਤੇ ਵਿਖਾਣੀ, ਬੜੀ ਦੇਰ ਬਾਅਦ ਜਨਾਬੇ ਲਈ ਗਾਂ ਆਈ ਹੈ। ਬਹੁਤ ਕਮ ਜਾਨਵਰ ਇਸ ਪ੍ਰਿੰਟ ਦੇ ਵਿੱਚ, ਇਸ ਰੰਗ ਦੇ ਵਿੱਚ ਨੇ ਮੇਰੇ ਵੀਰਾਂ ਨੂੰ ਪਤਾ ਹੈ ਔਰ ਇਸ ਜਿਹੜਾ ਪ੍ਰਿੰਟ ਹੈ ਜਿਹੜਾ ਬੰਦਾ ਪਸੰਦ ਕਰਦਾ ਗਿਰ ਗਾਂ ਨੂੰ, ਅੱਲਾ ਦੇ ਗੁਨਾਹ ਅੱਜ ਉਹਨਾਂ ਦੇ ਪੰਧ ਮੁਕਾ ਦੇਣੇ ਨੇ। ਗਿਰ ਚੋਲਸਤਾਨੀ ਕਰਾਸ ਵੈਡ ਬੜੀ ਸਾਫ ਸੁਥਰੀ।
ਠੀਕ ਹੈ ਚਲੋ ਚੋਈ ਵੇਖੋ ਸਥਾਨ ਦੀ ਮਾਸ਼ਾਅੱਲਾ ਕਿਵੇਂ ਸ਼ੂਗਰ ਹੁੰਦਾ ਯਾਰ ਮੇਰੇ ਵੀਰਾਂ ਭਰਾ ਦੇ ਸਭ ਤਾਂ ਨਾ ਸਾਰੀ ਗੱਲ ਕੋਈ ਵੇਖੋ ਕਰ ਲੈ ਮੇਰੇ ਭਰਾ ਉਸਮਾਨ ਵੇਖੋ ਉਸਮਾਨ ਵੇਖਣ ਚਾਹ ਵੇਖਣ ਆ ਟੂਆ ਲੱਗੇ ਨਹੀਂ ਪੂਰਾ ਟੂਆ ਲੈ ਜੀ ਮਾਸ਼ਾਅੱਲਾ ਜੀ ਕੋਈ ਛੱਟਾ ਫੁਆਰਾ ਚਾ ਅੱਜ ਦੁੱਧ ਵੀ ਇਹੀ ਜਿਵੇਂ ਮੱਝਾਂ ਦਾ ਹੁੰਦਾ ਸਫੈਦ ਚਿੱਟਾ ਸਫੈਦ ਮੈਂ ਬੜਾ ਵੇਖਾਂ ਤੇ ਛੱਟਾ ਬੜਾ ਚੱਕ ਕਰਨ ਬਿਲਕੁਲ ਕੋ ਨਹੀਂ ਆਈ ਸਾਹਿਬ ਬਿਲਕੁਲ ਕੋ ਨਹੀਂ ਨਿਸ਼ਾਤੀ ਬਣੇ ਬੜਾ ਚਾਸ ਹੋਣਾ ਮਾਸ਼ ਕੋਲੀ ਬੜੀ ਵੈ ਪੂਰਾ ਵੀ ਉਫਾ ਬਰਾ ਮੇਰੇ ਵੀਰਾ ਭਰਾਵਾ ਦੋਸਤ ਸਾਰਾ ਵੀ ਮੇਰੇ ਵੀਰਾ ਪੂਰਾ ਪੂਰਾ ਵੀ ਉਫਾ ਮਾਸ਼ਾਅੱਲਾ ਬੜਾ ਚੁਆਇ ਦੋਸਤ ਮਾਸ਼ਾਅੱਲਾ ਜੀ ਦਾ ਜਾਨਵਰ ਸਾਫ ਸੁਥਰਾ ਹੁੰਦਾ ਚੰਗਾ ਹੁੰਦਾ ਰੇਟ ਬੜਾ ਮਕਬੂਲ ਹੁੰਦਾ ਇਸ ਸਾਹਿਬ ਜਿਵੇਂ ਪੁੰਡਾ ਹੁੰਦਾ ਮਾਸ਼ਾਅੱਲਾ ਮਾਸ਼ਾਅੱਲਾ ਪਰਲਾਟੇ ਪੈਂਦੇ ਪੈਣ ਚੁਆ ਦੇ ਸਾਹਿਬ ਮਾਸ਼ਾਅੱਲਾ ਬੜਾ ਚੁਆ ਹੈ ਮੇਰੇ ਵੀਰਾਂ ਭਰਾਵਾਂ ਨੂੰ ਸੰਗਲ ਗਾਂ ਜੀ ਭਾਈ ਭਰਾਵਾ ਹੱਲਾ ਬੱਲਾ ਤੇ ਚੋਲਸਤਾਨੀ ਲਿਆਣੇ ਬਿਲਕੁਲ ਸਫੈਦ ਰੰਗ ਚ ਇਹ ਚੋਲਸਤਾਨੀ ਗਿਰਗਾਂ ਦੀ ਨਸਲ ਹੈ ਜਨਾਬ ਗਿਰਗਾਂ ਬਹੁਤ ਘੱਟ ਲੱਭਦੀ ਹੈ ਅੱਲਾ ਦੇਖਣਾ ਜਿਹੜਾ ਮੇਰਾ ਭਰਾ ਲੈ ਗਿਆ ਨਾ ਅੱਜ ਉਹਨਾਂ ਦੇ ਪੰਧ ਮੁੱਕ ਜਾਣੇ ਨੇ ਇਹ ਬਣੀ ਬਣਾਈ ਦੋਸਤੋ ਮੱਝ ਮੇਰੇ ਵੀਰ ਅੱਲਾ ਦਾ ਫਜ਼ਲ ਹੈ 90% ਔਨਲਾਈਨ ਮੰਗਵਾਉਂਦੇ ਨੇ ਵੀਰਾਂ ਦੇ ਘਰ ਤੱਕ ਅੱਲਾ ਦੇ ਕੋਲ ਇਸ ਸਵੈਰ ਦੀਆਂ ਗਰੰਟੀਆਂ ਆਉਣਗੀਆਂ ਤੇ ਰੇਟ ਅੱਜ ਇੰਜ ਦਾ ਹਿਸਾਬ ਕਰਨਾ ਕਿ ਜਿੰਨੇ ਭਰਾ ਵੇਖਣ ਉਹਨਾਂ ਦਾ ਦਿਲ ਕਰੇ ਗਾਂ ਖਰੀਦਣ ਮੈਂ ਮੁੱਲ ਪਰ ਭਰਾ ਨੂੰ ਆਹ ਮੁੱਲ ਬੜਾ ਮਕਬੂਲ ਕਰਨਾ ਯਾਰ ਮੁੱਲ ਪਜਵੇ ਤੇ ਤੇਰੇ ਕਸਮੇ ਤੂੰ ਖਿੱਚ ਕੇ ਕਰਵਾਉਣਾ ਪਹਿਲੇ ਹੀ ਆਪਾਂ ਰੇਟ ਉਹ ਕਰਾਂਗੇ ਮੁੱਲ ਮਕੂਲ ਹੋਏਗਾ ਜਾਨਵਰ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ ਨਸਲੋ ਵੀ ਚੰਗਾ ਸ਼ਕਲੋ ਵੀ ਚੰਗਾ ਹਰ ਪਾਸੋਂ 16 ਨੇ ਸਾਫ਼ ਸੁਥਰੀ ਵੈੜ ਲੈਣੇ ਦੇ ਮੁਕੱਦਰ ਨੇ ਸੌਦੇ ਦੋਸਤ ਨਸੀਬਾਂ ਦੇ ਉਹ ਕਮੀ ਕੁਤਾਈ ਜਾਨਵਰ ਚ ਨਾ ਅੱਲਾ ਦੇ ਫਜ਼ਲ ਨਾਲ ਰਹਿਣ ਦਿੱਤੀ ਨਾ ਰਹਿਣ ਦਿਆਂਗੇ ਤੇ ਚੁਆ ਬੜਾ ਮੋਟਾ ਹੈ ਮਾਸ਼ਾਅੱਲਾ ਹੈਲੋ ਮੈਂ ਵੀਡੀਓ ਲਾ ਲੈਂਦਾ ਫਿਰ ਮਾਸ਼ਾਅੱਲਾ ਜੀ ਮਾਸ਼ਾਅੱਲਾ ਬਰਤਨ ਬੜੀ ਗੱਲ ਹੈ ਬਸ ਇੱਕ ਹੀ ਬੜੀ ਬੱਚਾ ਭੁੱਖਾ ਮਾਰਿਆ ਭਾਈਆਂ ਨੂੰ 8 ਲੀਟਰ ਦੇ ਆਈ ਸਾਹਿਬ ਨੇ ਠੰਡੇ ਦੁੱਧ ਦੀ ਗਰੰਟੀਆਂ ਦਿੱਤੀਆਂ ਨੇ ਇੱਕ ਟਾਈਮ ਦਾ 16 ਲੀਟਰ ਯਾਨੀ 2 ਟਾਈਮਾਂ ਦਾ ਆਈ ਸਾਹਿਬ ਨੇ ਕਿਹਾ ਹੈ 18 ਦਾ ਗਰਮ ਗਿਣਾਂਗੇ ਦਾ ਠੰਡਾ 18 ਆਈ ਸਾਹਿਬ ਆਉਂਦੇ 16 ਲੀਟਰ ਮੈਨੂੰ ਵੀਡੀਓ ਬਣਾਉਣ ਤੋਂ ਪਹਿਲੇ ਆਈ ਸਾਹਿਬ ਨੇ ਗੱਲ ਦੀ ਗਰੰਟੀ ਦੇ ਦਿੱਤੀ ਲੈ ਆਈ ਸਾਹਿਬ ਛੱਡ ਦਿਓ ਬੱਚੇ ਨੂੰ ਬਾਕੀ ਬੜੀ ਜਿਹੜਾ ਵੀ ਹੈਗਾ ਬੱਚੇ ਨੂੰ ਅਜਿਹਾ ਛੱਡ ਕੇ
ਆ ਜਨਾਬ ਮੇਰੇ ਵੀਰਾਂ ਦੋਸਤਾਂ ਸਾਹਮਣੇ ਆ ਗਏ। ਬਾਲਟੀ ਛੋਟੀ ਵੱਡੀ ਸੀ ਚਾਰ ਐ ਜਨਾਬ ਮਾਸ਼ਾਅੱਲਾ ਪੰਜ ਐ ਜਨਾਬ ਮਾਸ਼ਾਅੱਲਾ ਛੇ ਐ ਮਾਸ਼ਾਅੱਲਾ ਜਨਾਬ ਸੱਤ ਠੰਡੇ ਦੁੱਧ ਦੀ ਆਪਾਂ 16 ਲੀਟਰ ਦੀ ਸਟਾਰਟਿੰਗ ਜਿਹੜੀ ਉਹਦੀ ਗਰੰਟੀ ਦੇ ਦਿੱਤੀ ਉਹੀ ਗੱਲ ਨਿਕਲੀ ਜੋ ਅੱਜ ਜੀ ਨੇ ਦੱਸਿਆ ਔਰ ਅੱਜ ਸਾਹਿਬ ਸਾਰੀ ਗੱਲ ਦੀ ਤਸੱਲੀ ਕਰਾ ਦਿੱਤੀ ਆ ਜਾਓ ਐਸਾ ਛੁੱਟ ਗਈ ਬਾਕੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਪਿੱਛੇ ਦੀ ਚੁੰਗਣ ਦੀ ਜੇਰ ਦੀ ਹਰ ਗੱਲ ਦੀ ਗਾਂ ਪਿੱਛਾ ਕੱਢੇ ਗਾਂ ਚੁੱਗੇ ਗਾਂ ਜੇਰ ਨਾ ਪਈ ਹੋਵੇ ਸੀਲ ਸਭ ਮਾਸ਼ਾਅੱਲਾ ਜੱਗੋ ਗਣੀ ਤੇ ਚੋਣ ਚ ਕਰਤੀ ਇੱਕ ਰਾਈ ਜਿੰਨੇ ਫਰਕ ਪੈਣਾ ਚੋਣ ਚ ਛੱਟਾ ਫੁਆਰਾ ਥੰਜ ਘਾਟਾ ਵਾਧਾ ਉਹ ਸ਼ੌਕਤ ਦੀ ਬਾਂਹ ਖੜੀ ਡਬਲ ਰੁਪਈਆ ਦੇ ਕੇ ਵਾਪਸ ਲਵੇ ਜੀ ਬੜੀ ਗੱਲ ਹੈ ਜੀ ਇਹ ਚੋਂਚ ਫਾਲਟ ਹੋਵੇ ਤਾਂ ਬੜੀ ਗੱਲ ਹੈ ਤੇ ਮਾਸ਼ਾਅੱਲਾ ਕਿੰਨੇ ਦੀ ਗਰੰਟੀ ਦੇਣੇ ਵੀ ਦੋ ਤਾਂ ਮੈਂ ਦੋ ਟਾਈਮਾਂ ਦਾ 18 ਲੀਟਰ ਮੈਂ ਚੋਈਏ ਨਾ ਦੁੱਧ ਜਿਹੜਾ ਗਰਮ ਹੈ ਹਾਂਜੀ ਝੂਠ ਮਾਰ ਦਾ ਫਾਇਦਾ ਕੋਈ ਨਹੀਂ ਜੇ ਠੰਡਾ ਜੇ ਠੰਡਾ 16 ਲੀਟਰ ਭਾਵੇਂ ਕੋ ਪੰਜ ਚੋਈਆਂ ਬਣਾ ਲਵੇ ਭਾਵੇਂ ਕੋ 10 ਚੋਈਆਂ ਲਵੇ ਉੱਤੇ ਆ ਜਾਓ ਤਾਂ ਅਸੀਂ ਹੋਰ ਖੁਸ਼ ਹੁੰਦੇ ਹਾਂ ਕਿ ਸਾਡੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਬਿਲਕੁਲ ਤੇ ਜੇ ਆਨ ਲੈਵਲ ਲਵੇ ਤਾਂ ਤਾਂ ਵੀ ਇਨਸ਼ਾਅੱਲਾ ਤੁਹਾਡੇ ਇਤਮਾਦ ਤੇ ਸਾਡੇ ਇਤਮਾਦ ਤੇ ਲਿਜਾਂਦੇ ਜੇ ਬੰਨ ਬਹੁਤ ਘੱਟ ਵਹਾਉਂਦੀ ਹੈ ਬੰਨ ਕੋਣੀ ਹੈਗੀ ਕੁਆਂਟ ਨੀ ਹੈਗੀ ਗਾਂ ਦੀ ਤੇ ਗਾਂ ਸਾਰੀ ਗੱਲ ਵੀਰਾਂ ਦੱਸ ਦਿੱਤੀ ਆਈ ਸਾਹਿਬ ਦੂਜਾ ਸੂਈ ਮੁੱਲ ਲੈਂਜ ਦਾ ਕਰਦੇ ਕਿ ਜਿਹੜੇ ਵੀਰਾਂ ਪ੍ਰਮਾ ਦੋਸਤਾਂ ਆਪਾਂ ਗਾਂ ਦੇ ਦੇਣ ਮੁੱਲ ਹਮੇਸ਼ਾ ਮਕੂਲ ਕੀਤੇ ਨੇ ਔਰ ਹੁਣ ਵੀ ਮਕੂਲ ਕਰਨਾ ਹੈ ਜਿਵੇਂ ਭਾਈ ਲੋਕਾਂ ਕੋਲ 90-95 2,90,000 ਤੋਂ 95 ਮੰਗ ਰਿਹਾ ਅੱਛਾ ਜੀ ਤੇਰੇ ਚੰਨ ਵਾਸਤੇ ਕਸਮ ਵਾਸਤੇ ਤੁਸੀਂ ਮੁੱਲ ਖਿੱਚ ਕੇ ਕਰਾਉਂਦੇ ਜੇ ਜਾਂ ਸਾਨੂੰ ਨਾ ਰੇਟ ਉਹ ਦੇ ਔਰ ਅੱਲਾ ਦਾ ਸ਼ੁਕਰ ਹੈ 15-20 ਮਿੰਟ ਲੱਗਦਾ ਸੇਲ ਹੁੰਦੀ ਬਿਲਕੁਲ ਤੁਸੀਂ ਅਗਲੇ ਦਿਨ ਲਾਈ ਭਾਈ ਇੱਕ ਲਾਹੌਰ ਤੋਂ ਲੈ ਗਏ ਨੇ ਉਹਨਾਂ 10-30 ਪੈਸੇ ਲਵਾਤੇ ਲਾਲ ਗਾਂ ਰੰਗ ਦੀ 3,00,000 ਪਤਾ ਨੀ 5-7 ਦੀ ਵੇਚੀ ਜੇ ਹਾਂਜੀ ਤੇ 10-30 ਗਾਂ ਵਿਕੀ ਬਿਲਕੁਲ ਹੁਣ ਵੀ ਮੈਂ ਅਸੀਂ ਇਸ ਗੱਲ ਨੂੰ ਜਾਣਨੇ ਅਸੀਂ ਉਹਦਾ ਮੁਲਕ ਦਾ ਫਾਇਦਾ ਕੋਈ ਨੀ 5-7,000 ਸਾਡਾ ਹੱਕ ਹੈਗਾ ਉਹ ਲੈਣਾ ਦਾ ਅੱਜ ਸ਼ੌਕੋ ਜਿੱਥੇ ਗਾਂ ਗਈ ਅੱਜ ਵੀ ਮੈਂ 2 ਸਾਲਾਂ ਤੇ ਲੈਣ ਨੂੰ ਤਿਆਰ ਹਾਂ ਜੇ ਕੋਈ ਚੋਈ ਫਾਲਟ ਹੈ ਅੱਜ ਇਹਨੇ ਦੂਸਰੇ ਤੋਂ ਤੀਸਰਾ ਸੁਆ ਕਦੇ ਜਾਨਵਰ ਨਹੀਂ ਲਾਇਆ ਪਹਿਲਾ ਦੂਜਾ ਲਾਣ ਹੈ ਲੈਣਾ ਵੀ ਇਹਨੇ ਲਵਾ ਤੇ ਦੇਣਾ ਵੀ ਲਵਾ ਤੇ ਅੱਲਾ ਦੇ ਗੁਣਾ ਵੀਰਾਂ ਬੁੱਢੀ ਕਦੇ ਨਹੀਂ ਲਾਈ ਹਾਂਜੀ ਪਹਿਲਾ ਦੂਜਾ ਸੁਆ ਲਾਣਾ ਅੱਛਾ ਐਸਾ ਸਾਰੀ ਗੱਲ ਵੀਰਾਂ ਸੁਣ ਲਈ ਮੁੱਲ ਕਿੰਨਾ ਪੱਕਾ ਜੇ ਮੁੱਲ ਪੱਕਾ ਟੱਕਾ ਜਵੇ ਭਾਈ ਜਿਹੜਾ ਲੈ ਲੈਣਾ ਜਿਹੜਾ ਚੈਨਲ ਤੇ ਲੈ ਲੈਣਾ 2,75,000 ਲੈਣਾ ਭਰਾਵਾਂ ਕੋਲ 2,75,000 ਜ਼ਿਆਦਾ ਨਹੀਂ ਮੰਗਦਾ ਪਿਆ ਗਾਂ 3 ਤੋਂ ਬਾਹਰ 3 ਤੋਂ ਇਹਦਾ ਸ਼ੱਕ ਹੋ ਨਹੀਂ ਪਰ 2,75,000 ਚ ਪਿਆਰ ਮੁਹੱਬਤ ਹੋਵੇਗਾ ਵੀਰਾਂ
ਜੀ ਬਿਲਕੁਲ ਤੁਹਾਡੀ ਜ਼ਾਤ ਵਾਸਤੇ ਕਸਮ ਮਕੂਲ ਜਾ ਐਵੇਂ ਵਟੇ ਲੋ ਜਾ ਫਿਰ ਵੀ ਆਪਾਂ ਕਰਨਾ ਮੈਂ ਕਰਨਾ ਪਿਆਰ ਸਾਹਿਬ ਤੋਂ 2,75,000 ਜੀ ਪਿਆਰ ਮੁਹੱਬਤ ਕਰਾਵਾਂਗੇ 62 ਬੜੀ ਕਮਾਲ ਦੀ ਨਸਲ ਜ਼ਾਤ ਤੋਂ ਚੰਗੀ ਹੈ ਹਰ ਗੱਲ ਮੇਰੇ ਵੀਰਾਂ ਵੇਖ ਲਈ ਅੱਜ ਵਾਲੀ ਵੀਡੀਓ ਜਿਹੜੇ ਪ੍ਰਾਨ ਪਸੰਦ ਆ ਜਿਹੜਾ ਖਰੀਦਣਾ ਚਾਹੁੰਦਾ ਰਾਬਤਾ ਨੰਬਰ ਲੈ ਸਕਦਾ 0300-5104-5 ਇਸੇ 'ਤੇ ਵਟਸਐਪ ਹੈ ਔਰ ਇਸੇ ਰਾਬਤਾ ਨੰਬਰ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜੁਨੇਦ ਜਸਤ ਅਲਾ ਨਿਗਵਾਨ ਪਾਕਿਸਤਾਨ ਦੇ